ਪੰਜਾਬ ਚ ਸਿਖਰ ਤੇ ਚੋਣ ਪ੍ਰਚਾਰ। ਸੀਐਮ ਮਾਨ ਅੱਜ ਮਲੋਟ ਅਤੇ ਫਾਜ਼ਿਲਕਾ ਦੇ ਵਿੱਚ ਕਰ ਰਹੇ ਕੈਂਪੇਨ। ਦਾ ਸੁਖਬੀਰ ਬਾਦਲ ਫਰੀਦਕੋਟ ਵਿੱਚ ਦੇਣਗੇ ਪ੍ਰਚਾਰ ਨੂੰ ਧਾਰ। ਸੰਗਰੂਰ ਵਿੱਚ ਬਾਜਵਾ ਖਹਿਰਾ ਦੇ ਲਈ ਮੰਗਣਗੇ ਸਮਰਥਨ। ਹਰਿਆਣਾ ਚ ਪ੍ਰਚਾਰ ਦੇ ਆਖਰੀ ਦੌਰ ਚ ਕਾਂਗਰਸ ਅਤੇ ਭਾਜਪਾ ਨੇ ਚੋਕੀ ਤਾਕਤ ਫੜਗੇ। ਅੱਜ ਝੱਜਰ ਤੇ ਜਗਾਦਰੀ ਚ ਕਰਨਗੇ ਪ੍ਰਚਾਰ। ਜੇਪੀ ਨੱਡਾ ਹੁੱਡਾ ਦੇ ਗੜ ਰੋਹਤਕ ਚ ਕਰਨਗੇ ਸ਼ਕਤੀ ਪ੍ਰਦਰਸ਼ਨ। ਮਨੀਸ਼ ਤਿਵਾੜੀ ਦੇ ਚੰਡੀਗੜ੍ਹ ਨੂੰ ਸਿਟੀ ਸਟੇਟ ਬਣਾਉਣ ਦੇ ਵਾਅਦੇ ਤੇ ਪੱਕੀ ਸਿਆਸਤ। ਅਕਾਲੀ ਦਲ ਬੋਲਿਆ ਚੰਡੀਗੜ੍ਹ ਅਤੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰ ਰਹੇ ਕਾਂਗਰਸ ਤੇ ਆਪ। ਤਾਂ ਜਾਖੜ ਬੋਲੇ, ਹਮੇਸ਼ਾ ਪੰਜਾਬ ਦੀ ਰਹੇਗੀ ਸਿਟੀ ਬਿਊਟੀਫੁਲ। ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਜ਼ਮਾਨਤ ਤੇ ਫੈਸਲਾ। ਅੱਜ ਪਿਛਲੀ ਸੁਣਵਾਈ ਤੇ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਸੁਰੱਖਿਅਤ ਰੱਖਿਆ ਸੀ ਫੈਸਲਾ। ਐਕਸਾਈਜ਼ ਕੇਸ ਦੇ ਵਿੱਚ ਜੇਲ੍ਹ 'ਚ ਬੰਦ ਨੇ ਸਿਸੋਦੀਆ। ਚੌਂਤੀ ਦਿਨ ਬਾਅਦ ਅੰਬਾਲਾ ਜੰਮੂ ਰੂਟ ਤੇ ਰੇਲਵੇ ਨੇ ਫੜੀ ਰਫ਼ਤਾਰ। ਸ਼ੰਭੂ ਰੇਲਵੇ ਟਰੈਕ ਤੋਂ ਕਿਸਾਨਾਂ ਦੇ ਧਰਨਾ ਚੁੱਕਣ ਦੇ ਨਾਲ ਹੀ ਟ੍ਰੇਨ ਆਵਾਜਾਈ ਬਹਾਲ। ਪਹਿਲਾਂ ਚੰਡੀਗੜ੍ਹ ਤੋਂ ਘੁੰਮ ਕੇ ਜਾ ਰਹੀਆਂ ਸਨ ਰੇਲ ਗੱਡੀਆਂ। ਭਿਆਨਕ ਗਰਮੀ ਤੋਂ ਅਜੇ ਰਾਹਤ ਨਹੀਂ, ਹੁਣ 26 ਮਈ ਤੱਕ ਹੀਟ ਵੇਵ ਦਾ ਰੈੱਡ ਅਲਰਟ। ਪੰਜਾਬ ਦੇ ਕਈ ਸ਼ਹਿਰਾਂ 'ਚ ਪਾਰਾ 45 ਡਿਗਰੀ ਤੋਂ। ਰਾਈਸੀ ਦੀ ਮੌਤ ਤੇ ਪਾਰਾ 'ਚ ਇੱਕ ਦਿਨ ਦਾ ਰਾਸ਼ਟਰੀ ਸੋਗ। ਰਾਸ਼ਟਰਪਤੀ ਭਵਨ ਤੇ ਲੱਗੇ ਤਿਰੰਗੇ ਨੂੰ ਅੱਧਾ ਚੁਕਾਇਆ ਗਿਆ। ਸਾਬਕਾ ਪੀਐਮ ਰਾਜੀਵ ਗਾਂਧੀ ਦੀ ਬਰਸੀ ਮੌਕੇ ਕਾਂਗਰਸ ਵੱਲੋਂ ਸ਼ਰਧਾਂਜਲੀ। ਸੋਨੀਆ ਗਾਂਧੀ ਤੇ ਖੜਗੇ ਨੇ ਵੀਰ ਭੂਮੀ ਪਹੁੰਚ ਕੇ ਕੀਤਾ ਨਮਨ। ਰਾਹੁਲ ਬੋਲੇ, ਪਾਪਾ ਮੇਰੇ ਦਿਲ ਦੇ ਵਿੱਚ ਹਮੇਸ਼ਾ ਹੈ ਤੁਹਾਡੀ ਯਾਦ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਇੱਕ ਵੱਡੀ ਖਬਰ ਤੋਂ। ਗੈਂਗਸਟਰਾਂ ਅਤੇ ਮੁਲਜ਼ਮਾਂ ਨੂੰ ਵਿਦੇਸ਼ ਭੇਜਣ ਵਾਲੇ ਦੋ ਏਜੰਟ ਦਿੱਲੀ ਤੋਂ ਗ੍ਰਿਫ਼ਤਾਰ ਹੋਏ ਨੇ। ਤਾਂ ਵੱਡੀ ਖਬਰ ਹੈ, ਮੋਹਾਲੀ ਪੁਲਿਸ ਨੇ ਦੱਸ ਦਈਏ ਕਿ ਦੋ ਇਮੀਗ੍ਰੇਸ਼ਨ ਏਜੰਟਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ। ਤਾਂ ਮੁਹੰਮਦ ਸ਼ਾਬਜ਼ੇਬ ਅਤੇ ਮੁਹੰਮਦ ਕੈਫ ਵਜੋਂ ਦੋਹਾਂ ਦੀ ਪਛਾਣ ਹੋਈ ਹੈ। ਗੈਂਗਸਟਰਾਂ ਤੇ ਮੁਲਜ਼ਮਾਂ ਦੀ ਭਾਰਤ ਤੋਂ ਬਾਹਰ ਭੇਜਣ ਦੀ ਵਿੱਚ ਦੱਸਦੀ ਕਿ ਮਦਦ ਕਰਦੇ ਸਨ। ਜਾਲੀ ਦਸਤਾਵੇਜ਼ ਬਣਾ ਕੇ ਇਹ ਬਾਹਰ ਭੇਜਦੇ ਸੀ। ਜ਼ਮਾਨਤ ਜਾਂ ਪੈਰੋਲ ਤੇ ਬਾਹਰ ਆਏ ਮੁਲਜ਼ਮਾਂ ਦੀ ਮਦਦ ਦੇ ਇਲਜ਼ਾਮ ਇਹਨਾਂ ਤੇ ਲੱਗੇ ਨੇ। ਤਾਂ ਬੰਗਲਾਦੇਸ਼ ਦੇ ਰਸਤੇ ਤੋਂ ਇਹ ਪੋਲੈਂਡ ਤੇ ਪੁਰਤਗਾਲ ਬਾਹਰ ਭੇਜਦੇ ਸਨ। ਤਾਂ ਬਾਹਰ ਭੇਜਣ ਦੇ ਬਦਲੇ ਦੱਸਦੇ ਕਿ 30 ਤੋਂ 40 ਲੱਖ ਰੁਪਏ ਲੈਂਦੇ ਸੀ। ਔਰ ਪਿਛਲੇ ਦਿਨੀ ਇਹ ਕੈਟੇਗਰੀ ਦੇ ਮੁਲਜ਼ਮਾਂ ਨੂੰ ਫੇਕ ਵੀਜ਼ਾ ਵਿਦੇਸ਼ ਭੇਜਣ ਦੇ ਇਲਜ਼ਾਮ ਲੱਗੇ ਨੇ, ਜਿਹਨਾਂ ਦੇ ਵਿੱਚ ਅੱਤਵਾਦੀ ਹਰਵਿੰਦਰ ਰਿੰਦਾ ਦੇ ਕੁਝ ਸਾਥੀ ਸ਼ਾਮਲ ਨੇ। ਅੱਜ ਮੁਲਜ਼ਮਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਏਗਾ। ਤਾਂ ਗ੍ਰਿਫ਼ਤਾਰ ਮੁਲਜ਼ਮਾਂ ਦੇ ਜੇਲ੍ਹ ਵਿੱਚ ਬੈਠੇ ਕਈ ਗੈਂਗਸਟਰਾਂ ਦੇ ਨਾਲ ਲਿੰਕ ਵੀ ਸਾਹਮਣੇ ਆਏ ਨੇ। ਮਨੋਜ ਰਾਠੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ। ਮਨੋਜ, ਕੀ ਕੁਝ ਜਾਣਕਾਰੀ ਹੈ? ਦੇ ਵਿੱਚ ਇੱਕ ਵੱਡਾ ਨੈਕਸਸ ਜਿਹੜਾ ਉਹ ਕੰਮ ਕਰ ਰਿਹਾ ਹੈ। ਹੁਣ ਤੱਕ ਦੀ ਪੁੱਛਗਿੱਛ 'ਚ ਜਿਹੜੇ ਦੋ ਜਿਹੜੇ ਅਕਿਊਜ਼ ਨੇ ਇਮੀਗ੍ਰੇਸ਼ਨ ਏਜੰਟ ਨੇ, ਉਹਨਾਂ ਨੂੰ ਕਾਬੂ ਕੀਤਾ ਹੈ। ਔਰ ਦੋਨੋਂ ਦਿੱਲੀ ਦੇ ਰਹਿਣ ਵਾਲੇ ਹੈ ਔਰ ਦਿੱਲੀ ਤੋਂ ਹੀ ਆਪਣਾ ਪੂਰਾ ਨੈਕਸਸ ਚਲਾਉਂਦੇ ਸੀਗੇ। ਹਾਲਾਂਕਿ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਯੂਨਿਟ ਨੇ ਇੱਕ ਜਲੰਧਰ ਤੋਂ ਬੰਦਾ ਫੜਿਆ ਸੀਗਾ। ਉਹਦੀ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਜਿੰਨੇ ਵੀ ਜਿਹੜੇ ਅਪਰਾਧੀ ਨੇ ਏ ਕੈਟੇਗਰੀ ਦੇ ਗੈਂਗਸਟਰਸ ਨੇ, ਉਹਨਾਂ ਨੂੰ ਕਿਸ ਤਰ੍ਹਾਂ ਫੇਕ ਪਾਸਪੋਰਟ ਬਣਾ ਕੇ, ਫੇਕ ਆਧਾਰ ਕਾਰਡ, ਫੇਕ ਐਡਰੈਸ ਬਣਾ ਕੇ ਉਹਨਾਂ ਨੂੰ ਵਿਦੇਸ਼ਾਂ 'ਚ ਭੇਜਦੇ ਸੀਗੇ। ਔਰ ਉਹਦੇ ਵਿੱਚ 35-40 ਲੱਖ 50 ਲੱਖ ਇਸ ਤਰ੍ਹਾਂ ਦੀ ਮੋਟੀ ਰਕਮ ਜਿਹੜਾ ਉਹ ਵਸੂਲਦੇ ਸੀਗੇ। ਹਾਲਾਂਕਿ ਹੁਣ ਤੱਕ ਦੀ ਪੁੱਛਗਿੱਛ 'ਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਆਏ ਹੈ ਗੁਰਜੋਤ, ਕਿ ਇਹਨਾਂ ਨੇ ਵੱਡੇ ਲੈਵਲ ਦੇ ਜਿਹੜੇ ਗੈਂਗਸਟਰ ਨੇ, ਟੈਰਿਸ ਮੋਡਿਊਲ ਦੇ ਜਿਹੜੇ ਟੈਰਿਸ ਨੇ, ਉਹਨਾਂ ਦੇ ਐਸੋਸੀਏਟਸ ਨੂੰ, ਉਹਨਾਂ ਨੂੰ ਖੁਦ ਨੂੰ ਵਿਦੇਸ਼ 'ਚ ਭੇਜਿਆ। ਬੰਗਲਾਦੇਸ਼, ਪੁਰਤਗਾਲ ਦੇ ਥਰੂ ਇਹਨਾਂ ਨੇ ਵਿਦੇਸ਼ 'ਚ ਭੇਜਿਆ। ਔਰ ਨਕਲੀ ਐਡਰੈਸ ਬਿਹਾਫ ਤੇ ਨਕਲੀ ਜਿਹੜਾ ਜਿਹੜਾ ਪਾਸਪੋਰਟ ਹੈ ਉਹ ਬਣਾ ਕੇ ਇਹਨਾਂ ਨੂੰ ਭੇਜਿਆ। ਹਾਲਾਂਕਿ ਇਹਨਾਂ ਨੂੰ ਕਾਬੂ ਕਰ ਲਿਆ ਗਿਆ, ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਨਾ ਹੈ। ਹੋਰ ਪੁੱਛਗਿੱਛ 'ਚ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਕਈ ਗੈਂਗਸਟਰਾਂ ਨੂੰ ਵੀ ਇਹਨਾਂ ਨੇ ਜਿਹੜਾ ਹੈਗਾ ਫਰਜ਼ੀ ਪਾਸਪੋਰਟ ਬਣਾ ਕੇ ਜਿਹੜਾ ਭੇਜਿਆ। ਜੀ,
ਬਹੁਤ ਬਹੁਤ ਸ਼ੁਕਰੀਆ ਮਨੋਜ, ਤਮਾਮ ਜਾਣਕਾਰੀ ਲਈ ਧੰਨਵਾਦ ਹੈ। ਤਾਂ ਕੁੱਲ ਮਿਲਾ ਕੇ ਇੱਕ ਵੱਡੇ ਨੈਕਸਸ ਦਾ ਪਰਦਾਫਾਸ਼ ਹੋਇਆ ਹੈ ਕਿ ਕਿਸ ਤਰੀਕੇ ਨਾਲ ਇਹ ਵਿਦੇਸ਼ ਭੇਜਦੇ ਸਨ ਇਹਨਾਂ ਗੈਂਗਸਟਰਾਂ ਨੂੰ ਮੁਲਜ਼ਮਾਂ। ਅੱਗੇ ਵਧਾਂਗੇ ਤਾਂ ਜਲੰਧਰ ਦੇ ਵਿੱਚ ਰੇਡ ਕਰਨ ਗਈ ਪੁਲਿਸ ਟੀਮ ਤੇ ਹਮਲਾ ਹੋਇਆ, ਵੱਡੀ ਖਬਰ ਹੈ। ਨਸ਼ੇ ਦੇ ਆਦੀ ਮੁਲਜ਼ਮਾਂ ਨੇ ਦੱਸਦੀ ਕਿ ਪੁਲਿਸ ਤੇ ਹਮਲਾ ਕੀਤਾ। ਐਸਐਚਓ ਦੇ ਸਮੇਤ ਕਈ ਪੁਲਿਸ ਕਰਮੀਆਂ ਨੂੰ ਸੱਟਾਂ ਲੱਗੀਆਂ ਨੇ ਤਾਂ ਤਲਵਾਰ ਅਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ। ਘਰਾਂ ਦੀਆਂ ਛੱਤਾਂ ਤੋਂ ਫਰਾਰ ਹੋਈ ਨੇ ਮੁਲਜ਼ਮ। ਪੁਲਿਸ ਨੇ ਕਈ ਲੋਕਾਂ ਨੂੰ ਰਾਊਂਡਅਪ ਕੀਤਾ ਹੈ, ਚੈਕਿੰਗ ਕਰਨ ਗਈ ਸੀ ਥਾਣਾ ਪਾਤਲਾਂ ਦੀ ਪੁਲਿਸ ਟੀਮ। ਤਾਂ ਦੱਸਦੀ ਕਿ ਹਮਲਾ ਕੀਤਾ ਗਿਆ ਹੈ, ਪੁਲਿਸ ਟੀਮ ਤੇ ਹਮਲਾ ਕੀਤਾ ਗਿਆ ਹੈ ਔਰ ਜਲੰਧਰ ਦੇ ਵਿੱਚ ਇਹ ਰੇਡ ਕਰਨ ਗਈ ਸੀ ਪੁਲਿਸ ਦੀ ਟੀਮ। ਤਾਂ ਦੱਸ ਦਈਏ ਕਿ ਨਸ਼ੇ ਦੇ ਆਦੀ ਇਹ ਮੁਲਜ਼ਮ ਦੱਸੇ ਜਾ ਰਹੇ ਨੇ ਜਿਹਨਾਂ ਦੇ ਵੱਲੋਂ ਪੁਲਿਸ ਤੇ ਹੀ ਅਟੈਕ ਕਰ ਦਿੱਤਾ ਗਿਆ। ਐਸਐਚਓ ਦੇ ਸਮੇਤ ਕਈ ਹੋਰ ਪੁਲਿਸ ਮੁਲਾਜ਼ਮ ਨੇ ਜਿਹਨਾਂ ਦੇ ਸੱਟਾਂ ਲੱਗੀਆਂ ਨੇ, ਤਲਵਾਰ ਦੇ ਨਾਲ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ। ਘਰਾਂ ਦੀਆਂ ਛੱਤਾਂ ਤੋਂ ਫਰਾਰ ਹੋਏ ਨੇ ਇਹ ਮੁਲਜ਼ਮ, ਯਾਨੀ ਕਿ ਇਸ ਤਰੀਕੇ ਦੇ ਨਾਲ ਪੁਲਿਸ ਨੂੰ ਚਕਮਾ ਦਿੱਤਾ ਗਿਆ ਹੈ ਤਾਂ ਰਾਊਂਡਅਪ ਕੀਤਾ ਗਿਆ ਪੁਲਿਸ ਨੇ। ਹਾਲਾਂਕਿ ਕਈ ਲੋਕਾਂ ਨੂੰ ਰਾਊਂਡਅਪ ਕੀਤਾ ਹੈ, ਚੈਕਿੰਗ ਕਰਨ ਗਈ ਸੀ ਥਾਣਾ ਪਾਤਰਾ ਦੀ ਪੁਲਿਸ ਟੀਮ। ਤਾਂ ਕੁੱਲ ਮਿਲਾ ਕੇ ਇਹ ਬੇਹੱਦ ਅਹਿਮ ਮਸਲਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੁਲਿਸ ਆਪਣਾ ਕੰਮ ਕਰਦੀ ਹੈ, ਸੁਭਾਵਿਕ ਤੌਰ ਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਣਾ ਹੈ, ਪਰ ਜਦੋਂ ਇਸ ਕਿਸਮ ਦੇ ਨਾਲ ਪੁਲਿਸ ਤੇ ਹੀ ਹਮਲਾ ਹੋ ਜਾਵੇ ਔਰ ਨਸ਼ੇ ਦੇ ਆਦੀ ਇਹ ਦੱਸੇ ਜਾ ਰਹੇ ਨੇ, ਨਸ਼ੇ ਨੂੰ ਲੈ ਕੇ ਲਗਾਤਾਰ ਪੁਲਿਸ ਦਾ ਦਾਅਵਾ ਹੈ ਕਿ ਉਹ ਕੰਮ ਕਰ ਰਹੇ ਨੇ, ਪਰ ਜਦੋਂ ਇਸ ਕਿਸਮ ਦੇ ਨਾਲ ਹਮਲਾ ਕੀਤਾ ਜਾਵੇ। ਅੱਗੇ ਵਧਾਂਗੇ ਤਾਂ ਚੇਨਈ ਦੇ ਵਿੱਚ ਟ੍ਰੋਲਰਸ ਨੇ ਇੱਕ ਮਹਿਲਾ ਦੀ ਜਾਨ ਲੈ ਲਈ ਹੈ। ਬਾਲਕਨੀ ਤੋਂ ਰੈਸਕਿਊ ਹੋਣ ਵਾਲੇ ਬੱਚੇ ਦੀ ਮਾਂ ਨੇ ਦੱਸਿਆ ਕਿ ਖੁਦਕੁਸ਼ੀ ਕਰ ਲਈ ਹੈ, ਸੁਸਾਈਡ ਕੀਤਾ ਹੈ। ਤਾਂ ਮਹਿਲਾ ਨੇ ਮਾਨਸਿਕ ਤਣਾਅ ਦੇ ਚਲਦੇ ਇੱਕ ਕਦਮ ਚੁੱਕਿਆ ਹੈ। ਤਾਂ 28 ਅਪ੍ਰੈਲ ਨੂੰ ਮਹਿਲਾ ਦੇ ਹੱਥੋਂ ਬਾਲਕਨੀ ਤੋਂ ਇਹ ਛੋਟੀ ਜਿਹੀ ਬੱਚੀ ਡਿੱਗ ਗਈ ਸੀ। ਤਾਂ ਬਾਲਕਨੀ ਦੇ ਬਾਹਰ ਵਾਲੀ ਛੱਤ ਤੇ ਦੱਸਦੇ ਕਿ ਬੱਚੀ ਡਿੱਗੀ ਸੀ ਔਰ ਗੁਆਂਢ ਦੇ ਵਿੱਚ ਰਹਿੰਦੇ ਹੋਏ ਲੋਕਾਂ ਨੇ ਬੱਚੀ ਨੂੰ ਰੈਸਕਿਊ ਕਰ ਲਿਆ ਸੀ। ਤਾਂ ਬੱਚੇ ਨੂੰ ਰੈਸਕਿਊ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਸੀ ਔਰ ਸਾਰੀ ਘਟਨਾ ਦੇ ਲਈ ਬੱਚੀ ਦੀ ਮਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਤਾਂ ਉਹ ਬੇਹੱਦ ਹੀ ਪਰੇਸ਼ਾਨ ਹੋ ਗਈ ਸੀ ਔਰ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਕਿਸਮ ਦੇ ਨਾਲ ਇਹ ਬੱਚੀ ਨੂੰ ਬਚਾਇਆ ਗਿਆ ਹੈ ਔਰ ਗੁਆਂਢੀਆਂ ਨੇ ਬੱਚੀ ਨੂੰ ਬਚਾਇਆ। 28 ਤਰੀਕ ਦੀ ਇਹ ਸਾਰੀ ਘਟਨਾ ਹੈ ਔਰ 28 ਤਰੀਕ ਯਾਨੀ ਕਿ ਚੌਥੇ ਮਹੀਨੇ ਦੀ, ਅਪ੍ਰੈਲ ਮਹੀਨੇ ਦੀ। ਪਰ ਉਸ ਤੋਂ ਬਾਅਦ ਹੁਣ ਅਜਿਹਾ ਮਾਨਸਿਕ ਤਣਾਅ ਵਧਿਆ ਇਸ ਮਹਿਲਾ ਦਾ ਕਿ ਉਸਨੇ ਸੁਸਾਈਡ ਕਰ ਲਿਆ ਔਰ ਹੇਠਲੇ ਪਾਸੇ ਉਸਦੀ ਤਸਵੀਰ ਹੈ, ਪੁਰਾਣੀ ਦਿਖਾ ਰਹੇ ਹਾਂ ਮਾਂ ਦੀ, ਜਿਸਨੇ ਇੱਕ ਆਪਣਾ ਕਦਮ ਚੁੱਕਿਆ। ਹਾਲਾਂਕਿ ਬੱਚੀ ਨੂੰ ਬਚਾ ਲਿਆ ਗਿਆ ਸੀ ਪਰ ਟ੍ਰੋਲਰ ਜਿਹੜੇ ਨੇ ਟ੍ਰੋਲ ਕਰ ਰਹੇ ਸਨ ਲਗਾਤਾਰ, ਤਾਂ ਉਸ ਤੋਂ ਪਰੇਸ਼ਾਨ ਹੋ ਕੇ ਮਹਿਲਾ ਨੇ ਇੱਕ ਆਪਣਾ ਕਦਮ ਚੁੱਕਿਆ। ਤਾਂ ਵੇਖਿਆ ਜਾ ਸਕਦਾ ਕਿ ਕਿਵੇਂ ਬੱਚੀ ਨੂੰ ਬਚਾਇਆ ਗਿਆ। ਆਪਣੀ ਜਾਨ ਤੇ ਖੇਡ ਕੇ ਜ਼ਰੂਰ ਗਵਾਂਢੀਆਂ ਨੇ ਬਚਾ ਲਿਆ ਸੀ ਪਰ ਸਭ ਦਾ ਜ਼ਿੰਮੇਵਾਰ ਮਾਂ ਨੂੰ ਠਹਿਰਾਇਆ। ਅੱਗੇ ਵਧਾਂਗੇ ਤਾਂ ਪੁਣੇ ਦੇ ਵਿੱਚ ਲਗਜ਼ਰੀ ਕਾਰ ਦੇ ਨਾਲ ਦੋ ਲੋਕਾਂ ਨੂੰ ਕੁਚਲਣ ਵਾਲੇ ਨਾਬਾਲਗ ਨੂੰ ਜ਼ਮਾਨਤ ਮਿਲੀ ਹੈ। ਘਟਨਾ ਦੇ 15 ਘੰਟੇ ਦੇ ਬਾਅਦ ਹੀ ਕੋਰਟ ਨੇ ਜ਼ਮਾਨਤ ਦਿੱਤੀ ਹੈ। ਦੱਸਦੀ ਕਿ ਕੋਰਟ ਨੇ ਕੁਝ ਅਨੋਖੀਆਂ ਸ਼ਰਤਾਂ ਦੇ ਨਾਲ ਜ਼ਮਾਨਤ ਤੇ ਰਿਹਾ ਕੀਤਾ ਹੈ। ਹਾਦਸੇ ਦੇ ਲੇਖ ਲਿਖਣ ਸਮੇਤ ਅਜੀਬੋ ਗਰੀਬ ਸ਼ਰਤਾਂ ਰੱਖੀਆਂ ਗਈਆਂ ਨੇ। ਤਾਂ 15 ਦਿਨ ਟ੍ਰੈਫਿਕ ਪੁਲਿਸ ਦੇ ਨਾਲ ਕੰਮ ਕਰਨ ਤੇ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਇਲਾਜ ਕਰਾਉਣ ਦੀ ਰੱਖੀ ਗਈ ਹੈ ਸ਼ਰਤ ਔਰ ਐਤਵਾਰ ਨੂੰ ਦੱਸਦੀ ਕਿ ਦੇਰ ਰਾਤ 17 ਸਾਲ ਦੇ ਨਾਬਾਲਗ ਨੇ ਤੇਜ਼ ਰਫ਼ਤਾਰ ਲਗਜ਼ਰੀ ਕਾਰ ਦੇ ਨਾਲ ਬਾਈਕ ਨੂੰ ਟੱਕਰ ਮਾਰ ਦਿੱਤੀ ਸੀ। ਹਾਦਸੇ 'ਚ ਬਾਈਕ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ਵੇਲੇ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਕਾਰ ਸਵਾਰ ਨਾਬਾਲਗ। ਤਾਂ ਘਟਨਾ ਦੇ 15 ਘੰਟੇ ਬਾਅਦ ਹੀ ਅਜੀਬੋ ਗਰੀਬ ਸ਼ਰਤਾਂ ਦੇ ਨਾਲ ਨਾਬਾਲਗ ਨੂੰ ਜ਼ਮਾਨਤ ਦਿੱਤੀ ਗਈ ਹੈ। ਇਸ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਨੇ। ਮਾਮਲਾ ਹਾਈਲਾਈਟ ਹੋਣ ਤੋਂ ਬਾਅਦ ਮੁਲਜ਼ਮ ਦਾ ਪਿਤਾ ਗ੍ਰਿਫਤਾਰ ਹੋਇਆ ਹੈ। ਮੁਲਜ਼ਮ ਦਾ ਪਿਤਾ ਵਿਸ਼ਾਲ ਅਗਰਵਾਲ ਬਿਲਡਰ ਹੈ। ਮਾਮਲਾ ਦਰਜ ਹੁੰਦੇ ਹੀ ਫਰਾਰ ਹੋ ਗਿਆ ਸੀ ਇਹ ਬਿਲਡਰ ਔਰ ਮਹਾਰਾਸ਼ਟਰ ਦੇ ਸੰਭਾਜੀ ਨਗਰ ਤੋਂ ਗ੍ਰਿਫਤਾਰ ਕੀਤਾ ਗਿਆ। ਤਾਂ ਅਜੀਬੋ ਗਰੀਬ ਸ਼ਰਤਾਂ ਦੇ ਨਾਲ ਇਹ ਜ਼ਮਾਨਤ ਨਾਬਾਲਗ।
ਅੱਗੇ ਵਧਾਂਗੇ ਤਾਂ ਗੱਲ ਕਰਾਂਗੇ ਤਪਦੀ ਗਰਮੀ ਦੀ। ਤਪਦੀ ਗਰਮੀ ਤੋਂ ਅਜੇ ਰਾਹਤ ਨਹੀਂ ਮਿਲੇਗੀ। ਹੁਣ 26 ਮਈ ਤੱਕ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਦੱਸਦੇ ਕਿ ਪਾਰਾ 45 ਡਿਗਰੀ ਤੋਂ ਪਾਰ ਹੈ ਔਰ 4 ਦਿਨ ਤੱਕ ਇਹ ਤਾਪਮਾਨ ਜਿਹੜਾ ਹੈ ਉਹ ਹੋਰ ਵਧੇ ਜਾਣ ਦੀ ਸੰਭਾਵਨਾ ਹੈ। ਤਾਂ ਹੀਟ ਵੇਵ ਦੀ ਲਪੇਟ ਦੇ ਵਿੱਚ ਪੂਰਾ ਉੱਤਰ ਭਾਰਤ, ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼ 'ਚ ਭਿਆਨਕ ਗਰਮੀ ਪੈ ਰਹੀ ਹੈ। ਫਿਲਹਾਲ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ। ਮੌਸਮ ਵਿਭਾਗ ਦੀ ਲੋਕਾਂ ਨੂੰ ਲੂ ਤੋਂ ਬਚਣ ਦੀ ਸਾਵਧਾਨੀਆਂ ਵਰਤਣ ਦੀ ਸਲਾਹ ਹੈ। ਦੁਪਹਿਰ ਵੇਲੇ ਘਰੋਂ ਨਿਕਲਣ ਤੋਂ ਪਰਹੇਜ਼ ਕੀਤਾ ਜਾਏ ਔਰ ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵੀ ਕਰ ਦਿੱਤੀਆਂ ਗਈਆਂ ਨੇ। ਅੱਜ ਤੋਂ 30 ਜੂਨ ਤੱਕ ਛੁੱਟੀਆਂ ਜਿਹੜੀਆਂ ਨੇ ਉਹ ਰਹਿਣਗੀਆਂ। ਤਾਂ ਕੁੱਲ ਮਿਲਾ ਕੇ ਬੇਹੱਦ ਜ਼ਿਆਦਾ ਪ੍ਰਕੋਪ ਜਿਹੜਾ ਹੈ ਉਹ ਗਰਮੀ ਦਾ ਵੇਖਣ ਨੂੰ ਮਿਲਿਆ। ਮੌਸਮ ਵਿੱਚ ਬਚਾਅ ਕਿਵੇਂ ਹੋਏਗਾ, ਬੱਚਿਆਂ ਦੀ ਗੱਲ ਹੋਏ, ਬਜ਼ੁਰਗਾਂ ਦੀ ਗੱਲ ਹੋਏ, ਜਵਾਨਾਂ ਦੀ ਗੱਲ ਹੋਏ, ਆਪਣੇ ਆਪ ਨੂੰ ਬਚਾਉਣਾ ਕਿਵੇਂ ਹੈ। ਹੀਟ ਵੇਵ ਦੀ ਜੇ ਡੈਫੀਨੇਸ਼ਨ ਦੇਖੀਏ ਤਾਂ ਉਸਦੇ ਬਚਾਅ ਦੇ ਤਰੀਕੇ ਵੀ ਸਾਨੂੰ ਆਉਣੇ ਚਾਹੀਦੇ ਨੇ। ਅੱਜ ਅਸੀਂ PGI ਪਹੁੰਚੇ ਹਾਂ। ਸਾਡੇ ਨਾਲ PGI ਦੇ ਡਾਇਟੀਸ਼ੀਅਨ ਡਿਪਾਰਟਮੈਂਟ ਦੇ HOD ਨੇ, ਹੈੱਡ ਆਫ ਡਿਪਾਰਟਮੈਂਟ ਨੇ, ਡਾਕਟਰ ਨੈਂਸੀ, ਉਹਨਾਂ ਨਾਲ ਗੱਲ ਕਰਾਂਗੇ। ਡਾਕਟਰ ਸਾਹਿਬ, ਤੁਹਾਡੇ ਕੋਲ ਡਾਇਟ ਦਾ ਤਾਂ ਅਸੀਂ ਬੜੀ ਵਾਰ ਪੁੱਛਿਆ, ਲੇਕਿਨ ਗਰਮੀ ਜਦੋਂ ਆਉਂਦੀ ਹੈ ਤਾਂ ਡਾਇਟ ਦਾ ਵੀ ਇੱਕ ਇੰਪੋਰਟੈਂਟ ਰੋਲ ਹੁੰਦਾ ਹੈ। ਹੀਟ ਵੇਵ ਦਾ ਆਲਰੇਡੀ ਇੱਕ ਅਲਰਟ ਜਾਰੀ ਹੈ, ਕਿਵੇਂ ਬਚਾਅ ਕਰ ਸਕਦੇ ਹਾਂ ਅਸੀਂ? ਹਾਂ, ਹੀਟ ਵੇਵ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਬੜੀ ਜਲਦੀ ਜਲਦੀ ਹੋ ਰਹੀ ਹੈ। ਯੂ ਨੋ, ਇਟ ਇਜ਼ ਜਸਟ ਲਾਈਕ ਲੀਪਸ ਐਂਡ ਬਾਉਂਡਸ ਜਿਵੇਂ ਉੱਤੇ ਜਾ ਰਹੀ ਹੈ। ਅਤੇ ਸਭ ਤੋਂ ਪਹਿਲਾਂ ਆਉਂਦਾ ਹੈ ਹਾਈਡਰੇਸ਼ਨ, ਕਿ ਤੁਸੀਂ ਆਪਣੀ ਬਾਡੀ ਨੂੰ ਹਾਈਡਰੇਟ ਰੱਖੋ। ਦੈਟ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਜਿਵੇਂ ਹੁੰਦਾ ਕਿ ਅਸੀਂ ਕਦੀ ਕਦੀ ਹੁੰਦਾ ਕਿ ਵੀ ਆਰ ਨੋਟ ਯੂਜ ਟੂ, ਕਿ ਵੀ ਇੰਨਾ ਜ਼ਿਆਦਾ ਅਸੀਂ ਪਾਣੀ ਪੀ ਸਕਦੇ ਹਾਂ ਕਿ ਨਹੀਂ ਪੀ ਸਕਦੇ, ਜਾਂ ਅਸੀਂ ਆਫਿਸ ਵਿੱਚ ਬੈਠੇ ਹੁੰਦੇ ਲੱਗਦਾ ਕਿ ਸਾਨੂੰ ਜ਼ਰੂਰਤ ਨਹੀਂ ਹੈ, ਬਟ ਜ਼ਰੂਰਤ ਹੁੰਦੀ ਹੈ ਬਾਡੀ ਨੂੰ। ਅਤੇ ਹਾਈਡਰੇਸ਼ਨ ਦੀ ਬਹੁਤ ਜ਼ਰੂਰਤ ਹੈ। ਹਾਈਡਰੇਸ਼ਨ ਦਾ ਮਤਲਬ ਹੈ ਪਾਣੀ ਹੋ ਗਿਆ, ਨਿੰਬੂ ਪਾਣੀ ਹੋ ਗਿਆ, ਸੱਤੂ ਹੋ ਗਿਆ, ਕੋਕੋਨਟ ਵਾਟਰ ਹੋ ਗਿਆ, ਅਤੇ ਜਾਂ ਮਤਲਬ ਲੱਸੀ ਹੋ ਗਈ, ਛਾਛ ਹੋ ਗਈ। ਜੇ ਮਤਲਬ ਜੇ ਤੁਸੀਂ ਸਾਰਾ ਦਿਨ ਜਿਵੇਂ ਤੁਸੀਂ ਆਪਣੀ ਗੱਡੀ ਵਿੱਚ ਵੀ ਜਾ ਰਹੇ ਹੋ, ਜੇ ਆਪਣੀ ਇੱਕ ਬੋਟਲ ਰੱਖ ਲਓ ਆਪਣੇ ਨਾਲ, ਥਰਮਸ ਟਾਈਪ ਬੋਟਲ ਰੱਖ ਲਓ, ਉਹਦੇ ਵਿੱਚ ਹੋ ਸਕੇ ਤਾਂ ਜਾਂ ਤਾਂ ਪਲੇਨ ਵਾਟਰ, ਨਹੀਂ ਤਾਂ ਲੱਸੀ ਜਾਂ ਨਿੰਬੂ ਪਾਣੀ ਜੇ ਤੁਸੀਂ ਦੂਰ ਜਾ ਰਹੇ ਹੋ ਜਾਂ ਜ਼ਿਆਦਾ ਟਰੈਵਲ ਕਰਦੇ ਹੋ। ਬਿਕੋਜ਼ ਉਹਦੇ ਵਿੱਚ ਕੀ ਹੁੰਦਾ ਕਿ ਜਦ ਤੁਸੀਂ ਇਹ ਚੀਜ਼ਾਂ ਰੱਖਦੇ ਹੋ ਅਤੇ ਅਲੋਂਗ ਵਿਦ ਦਾ ਹਾਈਡਰੇਸ਼ਨ ਯੂ ਗੈਟ ਦ ਯੂ ਨੋ ਇਲੈਕਟ੍ਰੋਲਾਈਟਸ ਆਲਸੋ, ਯੂ ਗੈਟ ਸੋਡੀਅਮ, ਯੂ ਗੈਟ ਪੋਟਾਸ਼ੀਅਮ, ਸੋ ਇਟ ਇਜ਼ ਵੈਰੀ ਗੁੱਡ ਬਿਕੋਜ਼ ਯੂ ਲੂਜ਼ ਔਨ ਦੀਸ ਥਿੰਗਸ ਇਨ ਹੀਟ ਵੇਵ, ਤੁਹਾਡੇ ਇਲੈਕਟ੍ਰੋਲਾਈਟ ਲੋਸਿਸ ਹੁੰਦੇ ਨੇ। ਇਸ ਤੋਂ ਇਲਾਵਾ ਮੈਮ, ਨੋਰਮਲ ਗੱਲਾਂ ਕਿ ਜਦੋਂ ਧੁੱਪ ਤੇਜ਼ ਹੈ ਕਿ ਸਿਰ ਤੇ ਕੁਛ ਰੱਖ ਕੇ ਚਲੋ, ਹੈ ਨਾ, ਸਟ੍ਰੋਕ ਦਾ ਬੜਾ ਇੱਕ ਰਹਿੰਦਾ ਕਿ ਚੱਕਰ ਕਈ ਵਾਰ ਲੋਕਾਂ ਨੂੰ ਆ ਜਾਂਦੇ, ਦੇਖਣ ਨੂੰ ਲੱਗਦਾ ਕਿ ਹੈਲਦੀ ਹੈ ਲੇਕਿਨ ਇਕਦਮ ਚੱਕਰ ਆ ਗਏ, ਔਰ ਡਾਇਟ ਕਿਵੇਂ ਚੇਂਜ ਹੁੰਦੀ ਹੈ? ਲੋਕਾਂ ਨੂੰ ਆਦਤ ਹੈ ਕਿ ਸਵੇਰੇ ਚਾਹ, ਦੁਪਹਿਰੇ ਚਾਹ, ਹੈ ਨਾ, ਜਿੱਦਾਂ ਰੂਟੀਨ ਬਣੀ ਹੁੰਦੀ ਹੈ, ਉਹਨਾਂ ਲਈ ਕੀ ਕਰੋਗੇ ਔਰ ਖਾਸ ਕਰ ਬਜ਼ੁਰਗਾਂ ਲਈ ਕੀ ਦੱਸੋਗੇ? ਬਿਲਕੁਲ, ਦੇਖੋ ਡਾਇਟ ਇਜ਼ ਵੈਰੀ ਇੰਪੋਰਟੈਂਟ। ਤੁਸੀਂ ਦੇਖਿਆ ਹੋਏਗਾ ਕਿ ਜਦ ਕੋਈ ਸੀਜ਼ਨ ਆਉਂਦਾ, ਸਾਡੀ ਜਿਹੜੀ ਪ੍ਰਕਿਰਤੀ ਹੈ, ਸਾਡੀ ਜਿਹੜੀ ਨੇਚਰ ਹੈ, ਮਤਲਬ ਸਾਡੀ ਸਰਾਊਂਡਿੰਗਸ ਹੈ, ਉਹੋ ਜਿਹੀਆਂ ਚੀਜ਼ਾਂ ਸਾਨੂੰ ਦਿੰਦੇ ਨੇ ਖਾਣ ਲਈ, ਜਿਵੇਂ ਸਾਰੇ ਫਰੂਟਸ ਚੇਂਜ ਹੋ ਜਾਂਦੇ ਨੇ, ਸਾਰੇ ਵੈਜੀਟੇਬਲਸ ਚੇਂਜ ਹੋ ਜਾਂਦੇ ਨੇ। ਫਰੂਟਸ ਤੁਹਾਡੇ ਸਾਰੇ ਇੰਨੇ ਮੋਇਸਚਰ ਵਾਲੇ ਆਉਂਦੇ, ਪਾਣੀ ਵਾਲੇ ਆਉਂਦੇ, ਜਿਵੇਂ ਤਰਬੂਜ਼ ਹੋ ਗਿਆ, ਖਰਬੂਜ਼ਾ ਹੋ ਗਿਆ, ਜਾਂ ਬੀਟਾ ਕੈਰੋਟੀਨ ਵਾਲੇ ਜਿਵੇਂ ਮੈਂਗੋਜ਼ ਹੈ, ਉਹਦੇ ਵਿੱਚ ਵੀ ਬਹੁਤ ਮੋਇਸਚਰ ਹੁੰਦਾ, ਬਹੁਤ ਯੂ ਨੋ ਫਾਈਬਰ ਹੁੰਦਾ, ਬੀਟਾ ਕੈਰੋਟੀਨ ਹੁੰਦਾ। ਵੈਜੀਟੇਬਲਸ ਵੀ ਤੁਹਾਡੀਆਂ ਸਾਰੀਆਂ ਇੰਜ ਆ ਜਾਂਦੀਆਂ, ਜਿਵੇਂ ਸਮਰ ਸਕੁਐਸ਼ਿਜ਼ ਹੈ, ਖੀਆ ਹੋ ਗਿਆ, ਯੂ ਨੋ ਤੋਰੀ, ਟਿੰਡਾ, ਸੋ ਦੈਟ ਦੇ ਆਰ ਲਾਈਟ ਔਨ ਦ ਟਮੀ ਐਂਡ ਯੂ ਕੈਨ ਡਾਈਜੈਸਟ ਦੈਮ, ਤੁਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਹਜ਼ਮ ਕਰ ਸਕਦੇ ਹੋ। ਪਰ ਪ੍ਰੋਬਲਮ ਇਹ ਹੈਗੀ ਹੈ ਜਿਹੜਾ ਕਿ ਸਾਡੇ ਗਲੋਬਲਾਈਜੇਸ਼ਨ ਹੋ ਗਈ ਹੈ, 12 ਮਹੀਨੇ ਸਭ ਕੁਝ ਮਿਲਦਾ ਹੈਗਾ, ਅਸੀਂ ਗਰਮੀਆਂ ਵਿੱਚ ਵੀ ਸਰਦੀਆਂ ਦੀਆਂ ਵੈਜੀਟੇਬਲਸ ਖਾਂਦੇ ਹਾਂ, ਮਹਿੰਗੀਆਂ ਤੋਂ ਮਹਿੰਗੀਆਂ 200-250 ਰੁਪਏ ਕਿਲੋ ਖਰੀਦ ਕੇ ਵੀ ਫੀਲ ਕਿ ਸਾਡਾ ਸਟੇਟਸ ਸਿੰਬਲ ਬਹੁਤ ਜ਼ਿਆਦਾ ਹੋ ਗਿਆ।
ਸਾਡੇ ਘਰ ਸਬਜ਼ੀ ਬਣ ਰਹੀ ਹੈ, ਚਾਹੇ ਇੱਥੇ ਅਵੇਲੇਬਲ ਜਿੱਥੋਂ ਮਰਜ਼ੀ ਆ, ਜਾਂ ਸਾਡੇ ਘਰ ਫਰੂਟ ਆ ਰਿਹਾ ਜਿਹੜਾ ਕਿ ਸਰਦੀਆਂ ਦਾ ਫਰੂਟ ਹੈ। ਸੋ ਮੇਕ ਸ਼ੋਰ ਕਿ ਤੁਸੀਂ ਜੋ ਖਾ ਰਹੇ ਹੋ ਤੁਹਾਡੀ ਇਨਵਾਇਰਮੈਂਟ ਦੇ ਆਸ ਪਾਸ ਜਿਹੜਾ ਪੈਦਾ ਹੋ ਰਿਹਾ ਹੈ ਉਹ ਵਾਲਾ ਖਾਣ ਦੀ ਕੋਸ਼ਿਸ਼ ਕਰੋ ਚੀਜ਼, ਰਾਦਰ ਦੈਨ ਕਿ ਕੁਛ ਇੰਪੋਰਟਡ ਜਾਂ ਕੁਛ ਕੋਲਡ ਸਟੋਰ ਵਾਲੀ। ਨੰਬਰ ਵਨ ਤਾਂ ਇਹ। ਦੂਜੀ ਗੱਲ ਇਹ ਹੈਗਾ ਕਿ ਜਿਹੜਾ ਇਹ ਹੀਟ ਵੇਵ ਹੈ, ਇਹ ਗਰਮੀ ਹੈ, ਇਹਦੇ ਵਿੱਚ ਨਾ ਬਹੁਤ ਸਾਰੇ ਕੀਟਾਣੂ ਵੀ ਪਨਪਦੇ ਨੇ, ਉਹਨਾਂ ਲਈ ਬੜਾ ਚੰਗਾ ਟੈਂਪਰੇਚਰ ਹੁੰਦਾ ਪਨਪਣ ਲਈ। ਅਤੇ ਵਟ ਹੈਪਨਸ ਕਿ ਜਿਵੇਂ ਤੁਸੀਂ ਜਿਵੇਂ ਬਾਹਰ ਦਾ ਖਾਂਦੇ ਹੋ, ਸਪੋਜ਼ ਬੜਾ ਦਿਲ ਕਰਦਾ ਜੀ ਪਾਣੀ ਪੂਰੀ ਖਾਣ 'ਤੇ, ਜਾਂ ਕਿਉਂਕਿ ਗਰਮੀ ਹੈ ਬੜਾ ਦਿਲ ਕਰ ਰਿਹਾ ਗੋਲ ਗੱਪੇ ਅਤੇ ਉਹ ਠੰਡਾ ਠੰਡਾ ਉਹ ਨਾ ਪੀਣ ਤੇ, ਬਟ ਹੁਣ ਤੁਹਾਨੂੰ ਇਹ ਨਹੀਂ ਪਤਾ ਕਿ ਉਹ ਪਾਣੀ ਕਿੱਥੋਂ ਆਇਆ ਹੈਗਾ, ਨਾਲੇ ਉਹਦੇ ਵਿੱਚ ਕਿਹੜੇ ਗੰਦੇ ਹੱਥ ਲੱਗੇ ਨੇ। ਸਰਦੀਆਂ ਵਿੱਚ ਤਾਂ ਫਿਰ ਤੁਹਾਡਾ ਇਮਿਊਨ ਸਿਸਟਮ ਥੋੜਾ ਬੈਟਰ ਹੁੰਦਾ ਹੈ, ਨਾਲੇ ਜਿਹੜੇ ਬੈਕਟੀਰੀਅਲ ਜਿਹੜਾ ਗਰੋਥ ਇੰਨੀ ਜ਼ਿਆਦਾ ਨਹੀਂ ਹੁੰਦੀ, ਗਰਮੀਆਂ ਵਿੱਚ ਉਹੀ ਬਹੁਤ ਜ਼ਿਆਦਾ ਹੁੰਦੀ ਹੈ। ਅਤੇ ਸਾਡੇ ਕੋਲ ਜਿਹੜੇ ਕੇਸਿਸ ਆਉਂਦੇ ਨੇ ਉਹ ਡੀਹਾਈਡਰੇਸ਼ਨ ਡਾਇਰੀਆ ਦੇ ਆਉਂਦੇ ਨੇ, ਯੂ ਨੋ ਗੈਸਟਰੋ ਕੇਸਿਸ ਜ਼ਿਆਦਾ ਆ ਜਾਂਦੇ ਨੇ। ਸੋ ਵੀ ਮੇਕ ਸ਼ੋਰ ਕਿ ਤੁਸੀਂ ਬਾਹਰ ਦੀਆਂ ਜਿਹੜੀਆਂ ਚਟਨੀਆਂ ਨੇ, ਜਿਵੇਂ ਸਮੋਸੇ ਨਾਲ ਕੋਈ ਚਟਨੀ ਹੈ ਜਾਂ ਕੋਈ ਨਹੀਂ, ਜੰਕ ਫੂਡ ਇਜ਼ ਅਨਦਰ ਥਿੰਗ, ਦਿਸ ਇਜ਼ ਅ ਰੋ ਫੂਡ, ਰੋ ਫੂਡ ਜਿਹਦੇ ਵਿੱਚ ਕਿ ਬਹੁਤ ਇਟ ਇਜ਼ ਵੈਰੀ ਇੰਪੋਰਟੈਂਟ ਕਿ ਜਿਹਦੇ ਵਿੱਚ ਬੈਕਟੀਰੀਅਲ ਜਿਹੜੀ ਹੈ ਗਰੋਥ ਹੋਏ, ਅਤੇ ਉਹ ਜ਼ਰੂਰ ਤੁਸੀਂ ਅਵੋਇਡ ਕਰੋ। ਸਰਕਾਰੀ ਨੌਕਰੀ ਵੀ ਨਹੀਂ ਦੇਣ ਦੀ ਵਕਾਲਤ ਕੀਤੀ। ਹਾਲਾਂਕਿ ਬਾਅਦ ਦੇ ਵਿੱਚ ਸੁਖਪਾਲ ਖਹਿਰਾ ਨੇ ਆਪਣੇ ਬਿਆਨ ਦੇ ਉੱਤੇ ਸਫਾਈ ਦਿੱਤੀ ਅਤੇ ਕਿਹਾ ਕਿ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਇੱਕ ਪਾਸੇ ਚੋਣ ਅਖਾੜਾ ਭਗਿਆ ਹੋਇਆ ਇਸ ਸਭ ਦੇ ਵਿਚਾਲੇ, ਜਦੋਂ ਆਗੂ ਦੇ ਵੱਲੋਂ ਦਿੱਤਾ ਗਿਆ ਬਿਆਨ ਸੁਰਖੀਆਂ ਦੀ ਵਜ੍ਹਾ ਬਣ ਜਾਵੇ ਜਾਂ ਉਹਨਾਂ ਨੂੰ ਘੇਰਨ ਦਾ ਮੌਕਾ ਵਿਰੋਧੀਆਂ ਨੂੰ ਦੇ ਦੇਵੇ, ਫਿਰ ਫਰਕ ਤਾਂ ਪੈਂਦਾ। ਹੁਣ ਅੱਗੇ ਵਧਦਿਆਂ ਤੇ ਗੱਲ ਹੋਵੇਗੀ ਪੰਜਵੇਂ ਗੇੜ ਦੀ ਵੋਟਿੰਗ ਦੀ। ਦੇਸ਼ ਦੇ ਵਿੱਚ ਪੰਜਵੇਂ ਗੇੜ ਦੀ ਵੋਟਿੰਗ ਹੋਈ, 49 ਸੀਟਾਂ ਦੇ ਉੱਤੇ ਈਵੀਐਮ 'ਚ ਉਮੀਦਵਾਰਾਂ ਦੀ ਕਿਸਮਤ ਕੈਦ ਹੋ ਗਈ ਹੈ। ਪੰਜਵੇਂ ਗੇੜ ਦੇ ਵਿੱਚ 6 ਸੂਬਿਆਂ ਤੇ 2 ਕੇਂਦਰ ਸ਼ਾਸਿਤ ਸੂਬਿਆਂ ਦੀਆਂ 49 ਸੀਟਾਂ ਦੇ ਉੱਤੇ ਵੋਟਿੰਗ ਹੋਈ। ਸਭ ਤੋਂ ਜ਼ਿਆਦਾ ਪੱਛਮ ਬੰਗਾਲ ਦੇ ਵਿੱਚ 73% ਅਤੇ ਸਭ ਤੋਂ ਘੱਟ ਮਹਾਰਾਸ਼ਟਰ ਦੇ ਵਿੱਚ 48.66% ਵੋਟਿੰਗ ਹੋਈ ਹੈ। ਇਸ ਤੋਂ ਇਲਾਵਾ ਓਡੀਸ਼ਾ ਵਿਧਾਨ ਸਭਾ ਦੇ ਸੈਕੰਡ ਫੇਜ਼ ਦੀਆਂ 35 ਸੀਟਾਂ ਤੇ ਵੋਟਿੰਗ ਹੋਈ। ਰਾਹੁਲ ਗਾਂਧੀ ਦੀ ਸੀਟ ਰਾਏਬਰੇਲੀ 'ਚ ਵੋਟਿੰਗ ਹੋਈ ਹੈ। ਇਸੇ ਦੇ ਚੱਲਦੇ ਰਾਹੁਲ ਗਾਂਧੀ ਰਾਏਬਰੇਲੀ ਦੇ ਬਛਰਾਵਾਂ ਪਿੰਡ ਦੇ ਵਿੱਚ ਮਹਾਤਮਾ ਗਾਂਧੀ ਇੰਟਰ ਕਾਲਜ ਵੋਟਿੰਗ ਸੈਂਟਰ ਪਹੁੰਚੇ। ਉੱਥੇ ਉਹਨਾਂ ਨੇ ਵੋਟਰਾਂ ਦੇ ਨਾਲ ਗੱਲਬਾਤ ਕੀਤੀ। ਵੋਟਰਾਂ ਨੇ ਰਾਹੁਲ ਦੇ ਨਾਲ ਸੈਲਫੀ ਵੀ ਲਈ। 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੀਆਂ ਜਿਹੜੀਆਂ 49 ਸੀਟਾਂ ਦੇ ਉੱਤੇ ਵੋਟਿੰਗ ਹੋਈ ਹੈ, ਉੱਥੇ 2019 ਦੇ ਵਿੱਚ NDA ਨੇ ਇੱਕ ਤਰਫਾ ਜਿੱਤ ਹਾਸਲ ਕੀਤੀ ਸੀ। 41 ਸੀਟਾਂ NDA ਦੇ ਖਾਤੇ ਦੇ ਵਿੱਚ ਗਈਆਂ ਸਨ ਅਤੇ ਕਾਂਗਰਸ ਸਿਰਫ ਰਾਏਬਰੇਲੀ ਦੀ ਸੀਟ ਹੀ ਜਿੱਤ ਸਕੀ ਸੀ। BJP ਪਿਛਲੀਆਂ ਚੋਣਾਂ ਦੇ ਵਿੱਚ ਇਹਨਾਂ 49 ਦੇ ਵਿੱਚੋਂ 40 ਅਤੇ ਕਾਂਗਰਸ 36 ਸੀਟਾਂ ਦੇ ਉੱਤੇ ਚੋਣ ਲੜੀ ਸੀ। ਔਰ ਕਾਬਲੇ ਗੌਰ ਹੈ ਕਿ 57% ਦੇ ਕਰੀਬ ਵੋਟ ਪਰਸੈਂਟੇਜ ਰਿਹਾ ਪੰਜਵੇਂ ਗੇੜ ਦਾ, ਅਸੀਂ ਜ਼ਿਕਰ ਕਰ ਰਹੇ ਹਾਂ। ਆਮ ਤੌਰ ਤੇ 60-65% ਪਹੁੰਚਣ ਦੀ ਉਮੀਦ ਹੁੰਦੀ ਹੈ, ਪਰ ਜਦੋਂ ਲੋਕਤੰਤਰ ਦੇ ਇਸ ਮਹਾਂਪਰਵ ਦੇ ਵਿੱਚ ਲੋਕਾਂ 'ਚ ਵੋਟਿੰਗ ਨੂੰ ਲੈ ਕੇ ਉਚਾਹ ਘੱਟ ਨਜ਼ਰ ਆਵੇ ਫਿਰ ਫਰਕ ਤਾਂ ਪੈਂਦਾ ਹੈ। ਪੰਜਵੇਂ ਗੇੜ ਦੇ ਵਿੱਚ ਮੁੰਬਈ ਦੇ ਵਿੱਚ ਵੀ ਵੋਟਾਂ ਪਈਆਂ ਨੇ, ਜਿੱਥੇ ਵੱਡੇ ਵੱਡੇ ਫਿਲਮੀ ਸਿਤਾਰੇ ਮਾਇਆਨਗਰੀ ਦੇ ਵਿੱਚ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਦੇ ਨਜ਼ਰ ਆਏ। ਬਾਲੀਵੁੱਡ ਦੇ ਤਿੰਨੋਂ ਖਾਨ ਆਪਣੇ ਵੋਟ ਹੱਕ ਦਾ ਇਸਤੇਮਾਲ